ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਾਨੀ ਦਾ ਟੇਸਟੀ ਖਾਣਾ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਹੋਰ ਹੈਲਦੀ ਰੈਸਪੀ ਜੋ ਕਿ ਬਹੁਤ ਹੀ ਟੇਸਟੀ ਹੋਣ ਦੇ ਨਾਲ-ਨਾਲ ਹੈਲਥ ਬੈਨੀਫਿਟਸ ਇਹਦੇ ਬਹੁਤ ਜ਼ਿਆਦਾ ਨੇ ਸੋ ਤੁਸੀਂ ਦੇਖ ਸਕਦੇ ਹੋ ਆਪਾਂ ਕੀ-ਕੀ ਇੰਗਰੀਡੀਅੰਟਸ ਲਏ ਨੇ ਅੱਗੇ ਆਪਾਂ ਇਹਨੂੰ ਬਲੈਂਡ ਕਰਾਂਗੇ ਤੇ ਨਾਲ-ਨਾਲ ਦੱਸਾਂਗੇ ਕਿ ਆਪਾਂ ਕੀ-ਕੀ ਸਮਾਨ ਲਿਆ ਹੈ ਸਭ ਤੋਂ ਪਹਿਲਾਂ ਨਿਊਟਰੀ ਬਲੈਂਡਰ ਦੇ ਵਿੱਚ ਆਪਾਂ ਤਿੰਨ ਤਰ੍ਹਾਂ ਦੇ ਜਿਹੜੇ ਮਗਜ ਹੈਗੇ ਆ ਉਹ ਪਾ ਦਿੰਨੇ ਆ ਸਿਰਫ 1-1 ਟੀस्पून ਨਾਲ ਹੀ ਆਪਾਂ ਪਾ ਦਿੰਨੇ ਆ ਥੋੜੇ ਜਿਹਾ ਕਾਜੂ ਤੇ ਥੋੜੇ ਜਿਹਾ ਬਦਾ ਪਾ ਕੇ ਡਰਾਈ ਜਿਹੜਾ ਹੈਗਾ ਬਲੈਂਡ ਕਰਕੇ ਪਾਊਡਰ ਬਣਾਵਾਂਗੇ ਇਹਦੇ ਚ ਥੋੜੇ ਜਿਹਾ ਪਿਸਤਾ ਪਾ ਦਿੱਤਾ ਹੈ ਮੈਂ ਤੇ ਇਹਨਾਂ ਨੂੰ ਹੁਣ ਆਪਾਂ ਬੰਦ ਕਰਕੇ ਤੇ ਇਹਦਾ ਇੱਕ ਪਾਊਡਰ ਫੋਰਮ ਬਣਾਵਾਂਗੇ ਇਹਦਾ ਰੀਜ਼ਨ ਏ ਆ ਕਿ ਅਗਰ ਅਸੀਂ ਇਹਨੂੰ ਪਾਊਡਰ ਫੋਰਮ ਨਾ ਬਣਾ ਕੇ ਡਾਇਰੈਕਟ ਦੁੱਧ ਚ ਪਾ ਕੇ ਬਲੈਂਡ ਕਰਾਂਗੇ ਤਾਂ ਇਹਦੇ ਜਿਹੜੇ ਪੀਸਿਸ ਹੈਗੇ ਆ ਉਹ ਪ੍ਰੋਪਰ ਜਿਹੜੇ ਹੈਗੇ ਆ ਮਿਕਸ ਨਹੀਂ ਹੋ ਪਾਨਗੇ ਪ੍ਰੋਪਰ ਬਲੈਂਡ ਨਹੀਂ ਹੋ ਪਾਨਗੇ ਦੂਜੀ অপਸ਼ਨ ਇਹ ਹੈ ਅਗਰ ਤੁਸੀਂ ਡਰਾਈ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਇਹਨੂੰ ਕਮ ਸਕੱਮ 2 ਤੋਂ 3 ਘੰਟੇ ਪਹਿਲਾਂ ਦੁੱਧ ਦੇ ਵਿੱਚ ਜੀਚ ਆਪਾਂ ਬਣਾਉਣਾ ਹੈ ਮਿਕਸਚਰ ਉਹਦੇ ਵਿੱਚ ਹੀ ਤੁਸੀਂ ਇਹਨੂੰ ਭਿਗੋ ਕੇ ਰੱਖ ਸਕਦੇ ਹੋ ਫਿਰ ਵੀ ਇਹ ਅੱਛੇ ਤਰੀਕੇ ਨਾਲ ਸਮੂਥ ਜਿਹੜੀ ਹੈਗੀ ਆ ਬਣਾ ਲੈਂਦੇ ਆ ਪੇਸਟ ਦੀ ਤਰ੍ਹਾਂ ਹੁਣ ਇਸ ਪਾਊਡਰ ਨੂੰ ਆਪਾਂ ਇੱਕ ਵੱਡੇ ਨਿਊਟਰੀ ਬਲੈਂਡਰ ਜਾਰ ਦੇ ਵਿੱਚ ਸ਼ਿਫਟ ਕਰਾਂਗੇ ਤਿੰਨ ਨਾਲ ਇਹਦੇ ਵਿੱਚ ਪਾਵਾਂਗੇ ਤਿੰਨ ਖਜੂਰ ਜਿਹਦੇ ਵਿੱਚੋਂ ਕੀ ਆਪਾਂ ਬੀਜ ਕੱਢ ਦਿੱਤੇ ਨੇ ਨੈਚੁਰਲ ਖਜੂਰ ਨੇ 슈ਗਰ ਕੋਟਡ ਨਹੀਂ ਹੈਗੀ ਹੁਣ ਇਹਦੇ ਵਿੱਚ ਕਰੀਬ ਇੱਕ ਗਲਾਸ ਦੁੱਧ ਪਾਵਾਂਗੇ ਠੀਕ ਹੈ ਜੀ ਇਹ ਤੁਸੀਂ ਆਮਡ ਮਿਲਕ ਵੀ ਪਾ ਸਕਦੇ ਹੋ ਨੋਰਮਲ ਮਿਲਕ ਵੀ ਪਾ ਸਕਦੇ ਹੋ ਤੇ ਸਕਿਮ ਮਿਲਕ ਵੀ ਪਾ ਸਕਦੇ ਹੋ ਨਾਲ ਹੀ ਇੱਕ ਬਨਾਣਾ ਛੋਟੇ ਛੋਟੇ ਸਲਾਈਸਸ ਕਰਕੇ ਇਹਦੇ ਵਿੱਚ ਪਾ ਦਾਂਗੇ ਜੀ ਇਹਨੂੰ ਅਗਰ ਤੁਸੀਂ ਰੋਜ਼ ਆਪਣੇ ਬ੍ਰੈਕਫਾਸਟ ਦੇ ਵਿੱਚ ਲੈਣੇ ਹੋ ਤੁਹਾਨੂੰ ਇੱਕ ਦਾ ਈਜ਼ੀ ਟੂ ਗੋ ਹੋ ਜਾਂਦਾ ਹੈ ਤੁਸੀਂ ਬਾਹਰ ਜਾਂਦੇ ਹੋ ਤੁਸੀਂ ਬਾਹਰ ਕੁਝ ਪ੍ਰੋਪਰਲੀ ਕੈਰੀ ਨਹੀਂ ਕਰ ਪਾਉਂਦੇ ਸਵੇਰ ਸਵੇਰ ਤੁਹਾਡੇ ਕੋਲ ਟਾਈਮ ਥੋੜਾ ਹੁੰਦਾ ਕਿ ਆਪਣੇ ਲਈ ਕੁਝ ਹੈਲਦੀ ਕੁਕ ਨਹੀਂ ਕਰ ਸਕਦੇ ਤਾਂ ਇਹ ਚੀਜ਼ ਨੂੰ ਤੁਸੀਂ ਵਿਦਿਨ ਸੈਕੰਡਸ ਬਣਾ ਕੇ ਨਾਲ ਕੈਰੀ ਕਰ ਸਕਦੇ ਹੋ ਇਦਨਾਂ ਕਾਫੀ ਦੇਰ ਤੱਕ ਤੁਸੀਂ ਫੁੱਲਫਿਲ ਕਰੋਗੇ ਔਰ ਇਹਦੇ ਵਿੱਚ ਤੁਹਾਨੂੰ ਕੈਲਸ਼ੀਅਮ ਵਿਟਾਮਿਨ ਮਿਨਰਲ ਤੇ ਬਹੁਤ ਸਾਰੇ ਗੁੱਡ ਫੈਟਸ ਵੀ ਤੁਹਾਨੂੰ ਅਵੇਲੇਬਲ ਹੋ ਗਏ ਨੇ ਨਾਲ ਹੀ ਇਹ ਇਹ ਪ੍ਰੋਟੀਨ ਰਿਚ ਵੀ ਹੈ ਸੋ ਇਸ ਤਰ੍ਹਾਂ ਦੀ ਸਮੂਦੀ ਦਾ ਇੱਕ ਪੂਰਾ ਗਲਾਸ ਬਣਾ ਕੇ ਉੱਪਰ ਚੌਪਡ ਪਿਸਤਾ ਔਰ ਕਾਜੂ ਨਾਲ ਇਨੂੰ ਤੁਸੀਂ ਇੱਦਾਂ ਡੈਕੋਰੇਟ ਵੀ ਕਰ ਸਕਦੇ ਹੋ ਇਹਨੂੰ ਤੁਸੀਂ ਬਜ਼ੁਰਗ ਹੋ ਜਾਂ ਬੱਚੇ ਹੋ ਜਾਂ ਨੌਜਵਾਨ ਹੋ ਸਾਰੇ ਉਮਰ ਦੇ ਲੋਕ ਇਹਨੂੰ ਖਾ ਸਕਦੇ ਨੇ ਪੀ ਸਕਦੇ ਨੇ ਔਰ ਇਹ ਬਹੁਤ ਹੈਲਦੀ ਡਰਿੰਕ ਹੈ ਸੋ ਇਸ ਸਮੂਦੀ ਅਗਰ ਤੁਹਾਨੂੰ ਅੱਛੀ ਲੱਗੀ ਤੇ ਤੁਸੀਂ ਇਹਨੂੰ ਲੈਣਾ ਚਾਹੁੰਦੇ ਹੋ ਤਾਂ ਇਸ ਰੈਸਪੀ ਦੇ ਅਕੋਰਡਿੰਗਲੀ ਬਣਾ ਕੇ ਇੱਕ ਵਾਰ ਟ੍ਰਾਈ ਜ਼ਰੂਰ ਕਰਿਓ ਵੀਡੀਓ ਅੱਛੀ ਲੱਗੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਅਗੇ ਸ਼ੇਅਰ ਕਰਿਓ ਥੈਂਕ ਯੂ